ਅਰਵਿੰਦ ਖੰਨਾ ਜੀ ਤੁਹਾਡੇ ਨਾਲ। ਖੰਨਾ ਸਾਹਿਬ, ਕਿੱਦਾਂ ਦਾ ਮਾਹੌਲ ਲੱਗਦਾ, ਹਰਿਆਣਾ ਵਾਲੇ ਮੁੱਖ ਮੰਤਰੀ ਵੀ ਆ ਗਏ ਅੱਜ? ਦੇਖੋ, ਮਾਹੌਲ ਤਾਂ ਵੈਸੇ ਬਣਿਆ, ਤੁਸੀਂ ਦੇਖ ਸਕਦੇ ਹੋ, ਪੰਜਾਬ ਪੂਰਾ ਪੱਕਿਆ, ਸਾਰੇ ਪੰਜਾਬੀ ਦੇ ਲੋਕ ਮੋਦੀ ਸਾਹਿਬ ਦੀ ਨੀਤੀਆਂ ਨੂੰ, ਮੋਦੀ ਸਾਹਿਬ ਦੀ ਸੋਚ 'ਤੇ ਅਤੇ ਮੋਦੀ ਸਾਹਿਬ ਦੇ ਚਿਹਰੇ 'ਤੇ ਵੋਟ ਪਾਉਣਾ ਚਾਹ ਰਹੇ। ਅੱਛਾ, ਕਹਿੰਦਾ ਸਾਹਿਬ, ਸਥਿਤੀ ਕਿਵੇਂ ਦੇਖਦੇ ਹੋ, ਕਿਉਂਕਿ ਜਿਸ ਤਰ੍ਹਾਂ ਦੀ ਪੋਜੀਸ਼ਨ ਹੈ, ਕਿਤੇ ਨਾ ਕਿਤੇ ਬੀਜੇਪੀ 'ਚ ਫਰੀਦਕੋਟ ਸੀਟ ਦੀ ਜਿਵੇਂ ਗੱਲ ਕਰ ਲਈਏ, ਅੰਤਰਾਜ ਹੰਸ ਹੋਣੀ, ਉਹਨਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ, ਤਾਂ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਇਹ ਵੀ ਇਲਾਕਾ ਗੜ ਹੈ ਕਿਸਾਨ ਜਥੇਬੰਦੀਆਂ ਦਾ, ਐਸੇ ਮਾਹੌਲ ਦੇ ਵਿੱਚ ਕੰਪੇਨ ਕਰਨੀ ਔਰ ਉਹਨਾਂ ਸਾਰਿਆਂ ਨੂੰ ਨਾਲ ਵੀ ਕਿਤੇ ਨਾ ਕਿਤੇ ਲੈ ਕੇ ਚੱਲਣਾ ਪੈਣਾ, ਪਿੰਡਾਂ ਦੇ ਵਿੱਚ ਜਾਣਾ, ਪੇਂਡੂ ਵੋਟਰ ਵੀ ਹੈ? ਭਾਈ ਸਾਹਿਬ, ਪੰਜਾਬ ਦਾ ਕਿਸਾਨ ਮੋਦੀ ਸਾਹਿਬ ਨਾਲ ਹੈ, ਇਹ ਜਥੇਬੰਦੀ ਕਿਸਾਨਾਂ ਦੀ ਗੱਲ ਨਹੀਂ ਕਰ ਰਹੀ, ਆਪਣੀ ਗੱਲ ਕਰ ਰਹੇ। ਇਹ ਤਾਂ ਭਗਵੰਤ ਮਾਨ ਨੇ ਇਹਨਾਂ ਨੂੰ ਹੱਲਾਸ਼ਾਰੀ ਦਿੱਤੀ ਹੈ, ਇਹ ਨਾ ਪੰਜਾਬ ਦਾ ਭਲਾ ਚਾਹੁੰਦੇ ਆ ਔਰ ਨਾ ਕਿਸਾਨਾਂ ਦਾ ਭਲਾ ਚਾਹੁੰਦੇ, ਨਾ ਕਿਸੇ ਵਪਾਰੀ ਦਾ ਭਲਾ ਚਾਹੁੰਦੇ, ਨਾ ਕਿਸੇ ਬੇਰੁਜ਼ਗਾਰ ਪੰਜਾਬ ਦੇ ਜੋ ਬੇਰੁਜ਼ਗਾਰ ਬੈਠਾ ਉਹਦਾ ਭਲਾ ਚਾਹੁੰਦੇ। ਇਹ ਜਥੇਬੰਦੀਆਂ ਨੂੰ ਇਹ ਦਰਜਾ ਨਾ ਦਿਓ ਕਿ ਇਹ ਕਿਸਾਨਾਂ ਦੀ ਆਵਾਜ਼ ਹੈ, ਬਿਲਕੁਲ ਕਿਸਾਨਾਂ ਦੀ ਆਵਾਜ਼ ਨਹੀਂ ਹੈ, ਇਹ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੀ ਆਵਾਜ਼ ਹੈ। ਅੱਛਾ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਹ ਤਾਂ ਸਾਡੇ ਲੀਡਰਾਂ ਦਾ ਵੀ ਘਰਾਓ ਹੁੰਦਾ, ਉਹ ਕਹਿੰਦੇ ਫਿਰ ਸਾਡੇ ਤੇ ਕਿਵੇਂ ਐਲੀਗੇਸ਼ਨ ਆ ਸਕਦਾ? ਕੌਣ ਸੇ ਲੀਡਰ ਦਾ ਘਰਾਓ ਹੈ? ਫਰੀਦਕੋਟ ਦੇ ਵਿੱਚ, ਬਠਿੰਡਾ ਦੇ ਵਿੱਚ ਬਹੁਤ ਜ਼ਿਆਦਾ ਯਾਰ, ਉਹ ਤਾਂ ਡਰਾਮਾ ਹੈ। 22 ਫਸਲਾਂ 'ਤੇ ਭਗਵੰਤ ਮਾਨ ਸਾਹਿਬ ਨੇ ਵਾਅਦਾ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ, ਅੱਜ ਤੱਕ ਨਾ ਉਹ 22 ਫਸਲਾਂ ਕੀ ਇੱਕ ਫਸਲ 'ਤੇ ਵੀ ਉਹਨੇ MSP ਨਹੀਂ ਦਿੱਤੀ, ਅਤੇ ਉਹਦਾ ਕਦੀ ਘਰਾਓ ਨਹੀਂ ਹੋਇਆ। ਉਹਦਾ ਜੇ ਘਰਾਓ ਹੋ ਰਿਹਾ, ਉਹ ਜੋ ਲੋਕਾਂ ਨਾਲ ਉਹਨੇ ਵਾਅਦੇ ਦੂਜੇ ਕੀਤੇ ਸੀ, ਰੁਜ਼ਗਾਰੀ ਦੇਣ ਦੇ, ਪੱਕੇ ਨੌਕਰੀਆਂ ਦੇਣ ਦੇ, ਉਹ ਉੱਥੇ ਉਹਨਾਂ ਦੇ ਘਰ ਦੇ ਸਾਹਮਣੇ ਧਰਨੇ ਦਿੱਤੇ ਜਾ ਰਹੇ। ਇਹ ਜਥੇਬੰਦੀਆਂ ਭਗਵੰਤ ਮਾਨ ਦੇ ਹੱਲਾਸ਼ਾਰੀ ਨਾਲ ਉਹਨਾਂ ਦੀ ਥਾਪੀ ਕਰਕੇ ਅੱਜ ਪੰਜਾਬ ਦਾ ਮਾਹੌਲ ਕਰ ਰਹੇ, ਖਰਾਬ ਕਰ ਰਹੇ ਔਰ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ। ਅੱਛਾ, ਭਗਵੰਤ ਮਾਨ ਉਹਨੇ ਕਿਤੇ ਨਾ ਕਿਤੇ ਕੇਂਦਰ ਸਰਕਾਰ 'ਤੇ ਵੀ ਹਮਲਾਵਰ ਨਜ਼ਰ ਆਏ, ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੂੰ ਧਮਕੀ ਦਿੱਤੀ ਜਾ ਰਹੀ ਹੈ, ਉਹ ਕਹਿੰਦੇ ਨੇ ਕਿ ਇੱਥੇ ਕਿਹਾ ਜਾ ਰਿਹਾ ਹੈ ਕਿ 4 ਤਰੀਕ ਤੋਂ ਬਾਅਦ ਪੰਜਾਬ ਸਰਕਾਰ ਉਹ ਦੇਖਦੇ ਆ, ਕਹਿੰਦੇ ਨੇ ਪੰਜਾਬ ਨੂੰ ਛੱਡੋ, ਸਾਡੇ ਕੋਲ ਤਾਂ ਬਣ ਰਹੇ ਹੈ, ਔਰ ਭਗਵੰਤ ਮਾਨ ਕਹਿੰਦੇ ਨੇ ਕਿ ਤਾਂ ਕੇਂਦਰ ਚ ਆਪਦੀ ਬਚਾ ਲਓ। ਭਾਈ ਸਾਹਿਬ, ਇਹ ਗਲਤ ਪੱਕਾ ਹੈ, ਸਮੁੱਚੇ ਹਿੰਦੁਸਤਾਨ ਨੇ ਫੈਸਲਾ ਕਰ ਦਿੱਤਾ ਕਿ ਮੋਦੀ ਸਰਕਾਰ ਆ ਰਹੀ ਹੈ ਦਿੱਲੀ ਦੇ ਵਿੱਚ, ਔਰ ਮੈਨੂੰ ਲੱਗਦਾ ਹੈ ਕਿ ਕੇਂਦਰ ਆਪਣੇ ਜੋ ਅਮਿਤ ਸ਼ਾਹ ਜੀ, ਉਹਨਾਂ ਨੇ ਜੋ ਗੱਲ ਕੀਤੀ ਹੋਣੀ ਹੈ, ਉਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਹੋਣੀ ਹੈ ਕਿ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਜੋ ਬੈਠੇ ਹੈ, ਦੇਖੋ ਲੋਕ ਦੁਖੀ ਹੈ। ਅੱਜ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦੀ ਬੁਰਾਈ ਕਰਕੇ ਸੱਤਾ ਦੇ ਵਿੱਚ ਆਏ, ਅਤੇ ਅੱਜ ਸਮੁੱਚੇ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਇਕੱਠੇ ਚੱਲ ਰਹੀ ਹੈ, ਅਤੇ ਇਹ ਜੋ ਗੱਲ ਹੈ ਇਹ ਨਹੀਂ ਕਿ ਆਪਾਂ ਕੁਛ ਕਰਨਾ, ਭਾਰਤੀ ਜਨਤਾ ਪਾਰਟੀ ਨੇ ਇਹ ਆਪਣੇ ਆਪ ਹੀ ਗਿਜਾਣਾ ਇਹਨਾਂ ਨੇ। ਅੱਛਾ, ਸੰਗਰੂਰ ਦੀ ਸਥਿਤੀ ਕਿਵੇਂ ਦੇਖਦੇ ਹੋ, ਪਹਿਲਾਂ ਪਿਛਲੀ ਵਾਰ ਸਿਮਰਜੀਤ ਸਿੰਘ ਮਾਨ MP ਬਣ ਗਏ ਔਰ ਇਸ ਵਾਰ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ, ਇੱਕ ਪਾਸੇ ਤੁਸੀਂ ਸਿਮਰਜੀਤ ਸਿੰਘ ਮਾਨ ਮੌਜੂਦਾ MP ਔਰ ਉੱਧਰੋਂ ਮੀਤ ਹੇਰ ਪੰਜਾਬ ਦੇ ਕੈਬਨਿਟ ਮੰਤਰੀ, ਕਿੱਥੇ ਦੇਖਦੇ ਹੋ ਮੁਕਾਬਲਾ, ਟੱਕਰ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਰਹਿ ਸਕਦੀ? ਦੇਖੋ, ਲੋਕਾਂ ਨੇ ਮੋਦੀ ਸਾਹਿਬ ਨੂੰ ਵੋਟ ਪਾ ਰਹੇ ਆ, ਮੈਂ ਤਾਂ ਇੱਕ ਜ਼ਰੀਆ ਮੋਦੀ ਸਾਹਿਬ ਦੇ ਕੋਲ ਇਹਨਾਂ ਦੀ ਗੱਲਾਂ ਰੱਖਣ ਦਾ। ਲੋਕਾਂ ਨੇ ਫੈਸਲਾ ਕਰ ਦਿੱਤਾ ਸਮੁੱਚੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਕਿ ਉਹ ਲੋਕ ਮੋਦੀ ਸਾਹਿਬ ਨੂੰ ਵੋਟ ਪਾਉਣਾ ਚਾਹ ਰਹੇ, ਅਤੇ ਇਸ ਵੋਟ ਮੋਦੀ ਸਾਹਿਬ ਦੇ ਨਾਮ 'ਤੇ ਪੈ ਰਹੀ ਹੈ, ਮੋਦੀ ਸਾਹਿਬ ਦੇ ਕੰਮ 'ਤੇ, ਮੋਦੀ ਸਾਹਿਬ ਦੀ ਅੱਗੇ ਦੀ ਸੋਚ 'ਤੇ, ਮੋਦੀ ਸਾਹਿਬ ਦੀ ਗਾਰੰਟੀ 'ਤੇ ਔਰ ਮੋਦੀ ਸਾਹਿਬ ਦੇ ਵਿਸ਼ਵਾਸ 'ਤੇ। ਮੈਨੂੰ ਨਹੀਂ ਲੱਗਦਾ ਕਿ ਕੋਈ ਇੱਥੇ ਕੋਈ ਪੰਜਾਬ ਦੇ ਵਿੱਚ ਕੋਈ ਕਿੰਤੂ ਪ੍ਰੰਤੂ। ਕਹਿੰਦਾ ਸਰ, ਤੁਸੀਂ ਇੱਕ ਵਾਰ ਸਿਆਸਤ ਤੋਂ ਕਿਤੇ ਨਾ ਕਿਤੇ ਪਾਸੇ ਚਲੇ ਗਏ ਸੀ, ਤੁਸੀਂ 2 ਵਾਰ ਵਿਧਾਇਕ ਬਣਦੇ ਹੋ, ਮੈਂਬਰ ਪਾਰਲੀਮੈਂਟ ਬਣਦੇ ਹੋ, ਪਰ ਉਸ ਤੋਂ ਬਾਅਦ ਤੁਸੀਂ ਇੱਕਦਮ ਸਿਆਸਤ ਤੋਂ ਕਿਨਾਰਾ ਕਰ ਜਾਂਦੇ ਹੋ, ਹੁਣ ਦੁਬਾਰਾ ਆਏ ਹੋ, ਤਾਂ ਕੀ ਐਸੀ ਚੀਜ਼ ਲੱਗੀ ਜਾਂ ਕੀ ਐਸਾ ਜ਼ਹਿਨ 'ਚ ਆਇਆ ਕਿ ਤੁਹਾਨੂੰ ਲੱਗਿਆ ਕਿ ਹਾਂ ਹੁਣ ਦੁਬਾਰਾ ਸਿਆਸਤ 'ਚ ਐਂਟਰੀ ਕਰਨੀ ਚਾਹੀਦੀ ਹੈ ਅਤੇ BJP ਦਾ ਉਮੀਦਵਾਰ ਬਣਨਾ ਚਾਹੀਦਾ? ਦੇਖੋ, ਮੈਂ ਦਲ ਬਦਲੂ ਨਹੀਂ ਹੈ, ਪੰਜਾਬ ਦੇ ਇਤਿਹਾਸ ਦੇ ਵਿੱਚ ਇਕੱਲਾ ਇੱਕ ਐਸਾ ਇਨਸਾਨ ਹੈ ਜਿਹਨੇ ਆਪਣੀ ਪਾਰਟੀ ਤੋਂ
ਔਰ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ। ਜੇ ਮੇਰੇ ਕੋਈ ਲਾਲਚ ਹੁੰਦੀ ਤੇ ਮੈਂ ਆਪਣੇ ਲੋਕਾਂ ਦੇ ਕੰਮ ਨਹੀਂ ਕਰਦਾ ਪਰ ਤਨਖਾਹ ਵਿਧਾਨ ਸਭਾ ਤੋਂ ਲੈ ਸਕਦਾ ਸੀ। ਮੈਂ ਤਨਖਾਹ ਵੀ ਠੁਕਰਾਈ ਤੇ ਆਪਣੀ ਪਾਰਟੀ ਤੋਂ ਅਸਤੀਫਾ ਲੈ ਕੇ ਘਰ ਬਹਿ ਗਿਆ ਸੀ, ਕਿਉਂਕਿ ਉਸ ਸਮੇਂ 2014 ਦੀ ਗੱਲ ਆ, ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਜੋ ਮੇਰੀ ਉਸ ਸਮੇਂ ਦੀ ਪਾਰਟੀ ਆ ਕਾਂਗਰਸ ਪਾਰਟੀ, ਉਹ ਲੋਕਾਂ ਤੋਂ ਹਟ ਗਈ ਹੈ, ਲੋਕਾਂ ਦੀ ਸੋਚ ਤੋਂ ਹਟ ਗਈ, ਲੋਕਾਂ ਦੇ ਭਲੇ ਵਾਸਤੇ ਨਹੀਂ ਸੋਚ ਰਹੀ। ਇਸ ਕਰਕੇ ਮੈਂ ਘਰ ਬਹਿ ਗਿਆ ਸੀ। ਮੈਨੂੰ ਬੜੇ ਆਫਰ ਆਏ ਸੀ ਦੂਜੀ ਪਾਰਟੀਆਂ ਤੋਂ ਲੜਨ ਦੇ, ਮੈਂ ਦਲ ਨਹੀਂ ਬਦਲ ਸਕਦਾ ਸੀ, ਮੈਂ ਇਸ ਤਰੀਕਾ ਇਨਸਾਨ ਨਹੀਂ ਹੈ। ਪਰ ਜਦ ਮੈਂ 7-6 ਸਾਲ ਦੂਰ ਰਿਹਾ ਔਰ ਮੈਂ ਮੋਦੀ ਸਾਹਿਬ ਦੇ ਕੰਮ ਦੇਖੇ ਔਰ ਮੋਦੀ ਸਾਹਿਬ ਦੇ ਕੰਮ ਕਰਨ ਦੇ ਤਰੀਕੇ ਦੇਖੇ, ਭਾਰਤੀ ਜਨਤਾ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਦੇਖੇ, ਤਾਂ ਇਸ ਕਰਕੇ ਮੈਂ ਵਾਪਸ ਸਿਆਸਤ 'ਚ ਆਇਆ, ਕਿਉਂਕਿ ਮੈਨੂੰ ਲੱਗਦਾ ਕਿ ਪੰਜਾਬ ਦਾ ਭਲਾ ਜਿਸ ਤਰੀਕੇ ਨਾਲ ਮੋਦੀ ਸਾਹਿਬ ਨੇ ਅਤੇ ਭਾਰਤੀ ਜਨਤਾ ਪਾਰਟੀ ਨੇ ਇਸ ਦੇਸ਼ ਦਾ ਭਲਾ ਕੀਤਾ, ਇਸੀ ਤਰੀਕੇ ਨਾਲ ਜੇ ਭਾਰਤੀ ਜਨਤਾ ਪਾਰਟੀ ਨੂੰ ਔਰ ਮੋਦੀ ਸਾਹਿਬ ਨੂੰ ਇੱਕ ਵਾਰ ਪੰਜਾਬ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਪੰਜਾਬ ਦਾ ਰੁੱਖ ਔਰ ਪੰਜਾਬ ਦਾ ਭਵਿੱਖ ਬੰਦ। ਆਖਰੀ ਸਵਾਲ, ਕਿੱਥੇ ਕੁ ਜੇ ਦੇਖੀ ਆਪਾਂ ਸਿਚੁਏਸ਼ਨ ਨੂੰ, ਕਿਉਂਕਿ ਹੁਣ ਤਾਂ ਐਨ ਪੀਕ 'ਤੇ ਆ ਗਿਆ ਕੰਮ। ਕੀ ਮਤਲਬ? ਜਿਹੜੇ ਆ ਫਾਈਟ ਹੈ ਐਨ ਪੀਕ 'ਤੇ, ਹੁਣ ਤਾਂ ਬਸ ਦੇਣੀ ਰਹਿ ਗਏ ਗਿਣਤੀ ਦੇ, ਤਾਂ ਕਿੱਥੇ ਕੁ ਦੇ, ਕਿਉਂਕਿ ਆਂਕਲਨ ਲੱਗ ਜਾਂਦਾ, ਤੋਲ ਮੋਲ ਜਿਹੜਾ ਹੈਗਾ ਲੀਡਰ ਲਾ ਲੈਂਦੇ। ਨਹੀਂ ਭਾਅ ਜੀ, ਤੋ ਦੇਖੋ ਮੈਨੂੰ ਪੱਕਾ ਯਕੀਨ ਹੈ ਕਿ ਸਮੁੱਚਾ ਪੰਜਾਬ ਮੋਦੀ ਸਾਹਿਬ ਨੂੰ ਵੋਟ ਪਾ ਰਿਹਾ, ਪਿੰਡਾਂ ਦੇ ਵਿੱਚ ਵੀ ਲੋਕ ਮੋਦੀ ਸਾਹਿਬ ਨੂੰ ਪਾ ਰਹੇ, ਸ਼ਹਿਰਾਂ ਦੇ ਵਿੱਚ ਵੀ ਲੋਕ ਮੋਦੀ ਸਾਹਿਬ ਨੂੰ ਪਾ ਰਹੇ। ਔਰ ਇਹ ਜੋ ਜਥੇਬੰਦੀ ਆ ਡਰਾ ਦੀ ਗੱਲ ਕਰਦੇ ਹੈ, ਇਹਦੇ ਨਾਲ ਪੇਂਡੂ ਲੋਕ ਵੀ ਦੁਖੀ ਹੈ, ਸ਼ਹਿਰੀ ਲੋਕ ਤੋਂ ਵਪਾਰੀ ਤੋਂ ਹੈ ਹੀ ਦੁਖੀ, ਔਰ ਇਹ ਵੋਟ ਤੋਂ ਗੁਪਤ ਪੈਂਦੀ ਹੈ। ਔਰ ਜਿਵੇਂ ਮੈਂ ਪਰਸੋਂ ਚੌਥ ਲਹਿਰੇ ਦੇ ਵਿੱਚ ਕਿਹਾ ਸੀ, ਵੋਟ ਪੈਣੀ ਔਰ ਮੋਦੀ ਨੂੰ ਪੈਣੀ ਹੈ, ਕੋਈ ਮਰਜ਼ੀ ਰੋਕ ਲੈ। ਤਾਂ ਅਰਵਿੰਦ ਖੰਨਾ ਹੋ ਰਹੀ ਕਹਿੰਦੇ ਨੇ ਕਿ ਬੇਸ਼ੱਕ ਪ੍ਰੋਟੈਸਟ ਚੱਲ ਰਿਹਾ ਹੋਵੇ, ਬੇਸ਼ੱਕ ਪ੍ਰਦਰਸ਼ਨ ਚੱਲ ਰਿਹਾ ਹੋਵੇ, ਪਰ ਵੋਟ ਮੋਦੀ ਨੂੰ ਪੈਣੀ ਆ, ਤਾਂ ਵੋਟ ਕਿਸ ਨੂੰ ਪੈਣੀ ਆ? ਇਹ ਤਾਂ ਲੋਕਾਂ ਨੇ ਤੈਅ ਕਰਨਾ, ਤੇ ਵੋਟ ਕਿਸ ਨੂੰ ਪਈ ਹੈ ਉਹ 1 ਜੂਨ ਨੂੰ ਈਵੀਐਮ ਮਸ਼ੀਨਾਂ 'ਚ ਪਤਾ ਲੱਗੇਗਾ, ਤੇ 4 ਜੂਨ ਨੂੰ ਆਉਣ ਵਾਲੇ ਨਤੀਜੇ ਸਪਸ਼ਟ ਕਰਨਗੇ ਕਿ 1 ਤਰੀਕ ਨੂੰ ਬਟਨ ਕਿਹਦੇ ਜ਼ਿਆਦਾ ਨੱਪੇ ਗਏ ਆ।